ਸੋ ਅੱਜ ਕੇਂਦਰੀ ਸਿੱਖ ਅਜਾਇਬ ਘਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਮਹਾਨ ਯੋਧਿਆਂ ਗਦਰੀ ਬਾਬਿਆਂ ਦੀਆਂ ਜਿਹੜੀਆਂ ਨੇ 18 ਜਿਹੜੇ ਸਾਡੇ ਜਿਨ੍ਹਾਂ ਨੇ ਬਹੁਤ ਵੱਡਾ ਹਿੱਸਾ ਪਾਇਆ ਇਸ ਆਜ਼ਾਦੀ ਸੰਗਰਾਮ ਦੇ ਵਿੱਚ, ਉਹਨਾਂ ਦੀਆਂ ਅਸੀਂ ਅੱਜ ਇੱਥੇ ਤਸਵੀਰਾਂ ਲਾਈਆਂ ਨੇ। ਤੋ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਸਾਡੀਆਂ ਬਹੁਤ ਪ੍ਰਸਿੱਧ ਹਸਤੀਆਂ ਇੱਥੇ ਪਹੁੰਚੀਆਂ ਨੇ, ਅਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪਰਿਵਾਰ ਇੱਥੇ ਆਏ ਨੇ। ਸੋ ਉਹਨਾਂ ਦਾ ਸਾਰਿਆਂ ਦਾ ਅਸੀਂ ਸਨਮਾਨ ਜਿਹੜਾ ਭਾਈ ਗੁਰਦਾਸ ਦੇ ਹਾਲ ਦੇ ਵਿੱਚ ਇੱਕ ਅੰਤਰਰਾਸ਼ਟਰੀ ਜਿਹੜਾ ਸਮਾਗਮ ਰੱਖਿਆ ਉੱਥੇ ਸਾਰਾ ਸਮਾਗਮ ਵੀ ਕੀਤਾ ਜਾਏਗਾ। ਬਹੁਤ ਦੁੱਖ ਦੀ ਗੱਲ ਹੈ, ਦੇਖੋ ਰੋਜ਼ਾਨਾ ਕੋਈ ਨਾ ਕੋਈ ਘਟਨਾ ਜਿਹੜੀ ਪਾਕਿਸਤਾਨ ਦੇ ਵਿੱਚ ਆ ਰਹੀ ਹੈ ਜਿੱਥੇ ਸਿੱਖ ਰਹਿੰਦੇ ਨੇ ਘੱਟ ਗਿਣਤੀ ਦੇ ਵਿੱਚ ਨੇ, ਇਹਨਾਂ ਘੱਟ ਗਿਣਤੀਆਂ ਦੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ। ਜੇ ਪਹਿਲਾਂ ਵਾਪਰੀ ਨਨਕਾਣਾ ਸਾਹਿਬ ਦੇ ਵਿੱਚ ਵਾਪਰੀ, ਸਾਡੀ ਇੱਕ ਬੱਚੀ ਨੂੰ ਅਗਵਾ ਕਰਕੇ ਗ੍ਰੰਥੀ ਸਿੰਘ ਦੀ ਬੇਟੀ ਨੂੰ ਅਗਵਾ ਕੀਤਾ ਗਿਆ, ਉਹਦੇ ਨਾਲ ਧਰਮ ਤਬਦੀਲ ਕੀਤਾ ਗਿਆ, ਨਿਕਾਹ ਕਰਾਇਆ ਗਿਆ। ਇਸੇ ਤਰ੍ਹਾਂ ਹੀ ਹੁਣ ਤਾਜ਼ਾ ਇੱਕ ਘਟਨਾ ਆਈ ਹੈ ਜੋ ਸਿੱਖ ਪੱਤਰਕਾਰ ਸੀ ਔਰ ਉਹਦੇ ਭਰਾ ਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ। ਸੋ ਇਹ ਮਾੜੀਆਂ ਘਟਨਾਵਾਂ ਨੇ, ਮੈਂ ਅਸੀਂ ਚਿੱਠੀਆਂ ਵੀ ਲਿਖੀਆਂ ਨੇ ਉੱਥੋਂ ਦੀ ਸਰਕਾਰ ਨੂੰ, ਲਹਿੰਦੇ ਜਿਹੜਾ ਗਵਰਨਰ ਹੈ ਔਰ ਮੁੱਖ ਮੰਤਰੀ ਉਹਨਾਂ ਨੂੰ ਚਿੱਠੀ ਲਿਖੀ ਹੈ। ਸਾਡਾ ਵਫਦ ਵੀ ਇੱਕ 4 ਮੈਂਬਰੀ ਜਾ ਰਿਹਾ, ਜਦੋਂ ਵੀ ਵੀਜ਼ਾ ਸਾਨੂੰ ਮਿਲ ਗਿਆ ਉਸੇ ਵੇਲੇ ਸਾਡਾ ਵਫਦ ਜਿਹੜਾ ਉੱਥੇ ਪਹੁੰਚੇਗਾ। ਇਹ ਸਾਰੀਆਂ ਗੱਲਾਂ ਉਹਨਾਂ ਸਰਕਾਰ ਤੱਕ ਪਹੁੰਚ ਕਰੇਗਾ, ਉਹ ਸਿੱਖ ਭਾਈਚਾਰੇ ਕੋਲ ਜਾਏਗਾ ਅਤੇ ਉਹਨਾਂ ਨਾਲ ਸਾਰੇ ਵਿਸਤਾਰ ਦੇ ਨਾਲ ਜਿਹੜੀ ਉਹਨਾਂ ਦੀ ਮੁਸ਼ਕਲਾਂ ਨੇ ਉਹ ਸਾਰੀ ਗੱਲਬਾਤ ਉਹਨਾਂ ਨਾਲ ਜਾਇਜ਼ ਕਰੇਗਾ। ਸਾਡੀ ਸਿੱਖਾਂ ਦੀ ਦੇਖੋ ਸੇਫਟੀ ਹੋਣੀ ਚਾਹੀਦੀ ਹੈ। ਦੇਖੋ ਜਿਹੜੇ ਲੰਮਾ ਸਮਾਂ ਤੋਂ ਸਿੱਖ ਉੱਥੇ ਰਹਿ ਰਹੇ ਨੇ, ਅਸੀਂ ਪਾਕਿਸਤਾਨ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਉਹਨਾਂ ਦੀ ਸੇਫਟੀ, ਉਹਦੀ ਸੁਰੱਖਿਆ ਜਿਹੜੀ ਹੈ ਉਹਨਾਂ ਦੀ ਹੋਣੀ ਚਾਹੀਦੀ ਹੈਗੀ, ਉਹਨੂੰ ਯਕੀਨੀ ਬਣਾਉਣਾ ਚਾਹੀਦਾ ਉਹਨਾਂ ਨੂੰ। ਸਮਾਗਮ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਬੜੀ ਖੁਸ਼ੀ ਵੀ ਆ ਔਰ ਮਾਣ ਵੀ ਆ ਕਿ ਜਿਹੜੀ ਇਹ ਲਹਿਰ ਉੱਠੀ ਇਹ ਜਾਂ ਜਿਹੜਾ ਲੀਡਰਸ਼ਿਪ ਉੱਠੀ ਹੈਗੀ ਆ ਉਹ ਸਰੀ ਨਿਊਟਨ ਕੰਸਟੀਚੁਐਂਸੀ, ਜਿਹੜੀ ਮੇਰੀ ਕੰਸਟੀਚੁਐਂਸੀ ਆ ਉਹਦੇ ਵਿੱਚ ਉੱਠੀ ਔਰ ਉੱਥੇ ਗੁਰਦੁਆਰਾ ਸਿੰਘ ਸਭਾ ਜਿਹੜਾ ਹੈ ਉੱਥੋਂ ਦੀ ਐਗਜੈਕਟਿਵ ਨੇ ਔਰ ਗਦਰੀ ਮੈਮੋਰੀਅਲ ਸੁਸਾਇਟੀ ਨੇ ਇਹ ਕਦਮ ਚੁੱਕਿਆ। ਉਹਨਾਂ ਨੇ ਰਿਕੁਐਸਟ ਜਿਹੜੀ ਸੀ ਉਹ SGPC ਨੂੰ ਕੀਤੀ ਔਰ ਉਹਨਾਂ ਨੇ ਜਿਹੜੀ SGPC ਨੇ ਐਕਸੈਪਟ ਕੀਤੀ ਔਰ ਇੱਥੇ ਜਿਹੜੇ ਚਿੱਤਰ ਨੇ ਉਹ ਇੱਥੇ ਲਾਏ ਗਏ ਔਰ ਮੈਂ ਧੰਨਵਾਦੀ ਹਾਂ ਕਿਉਂਕਿ ਇਹੀ ਗਦਰੀ ਬਾਬੇ ਹੈਗੇ ਆ, ਇਹੀ ਗਦਰੀ ਯੋਧੇ ਹੈਗੇ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਮੈਂ ਦੇਖ ਰਿਹਾ ਕਿ ਕੈਨੇਡਾ ਦੇ ਵਿੱਚ ਪੰਜਾਬੀ, ਹਿੰਦੁਸਤਾਨੀ ਔਰ ਸਿੱਖ ਜਿਹੜੇ ਨੇ ਉਹ ਪੂਰਨ ਆਜ਼ਾਦੀ ਵੀ ਮਾਣ ਰਹੇ ਨੇ ਔਰ ਹਰ ਇੱਕ ਖੇਤਰ ਦੇ ਵਿੱਚ ਜਿਹੜਾ ਹੈ ਉਹ ਕੈਨੇਡੀਅਨਜ਼ ਨੂੰ ਸਰਵਿਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰ ਰਹੇ ਨੇ। ਸੋ ਇੱਕ ਦਿਨ ਸੀ ਜਦੋਂ ਡਿਸਕ੍ਰਿਮੀਨੇਟਰੀ ਲਾਅ ਬਣਾਏ ਗਏ ਸੀਗੇ ਹਿੰਦੁਸਤਾਨੀਆਂ ਦੇ ਖਿਲਾਫ਼, ਪਰ ਅੱਜ ਉਹੀ ਦੇਸ਼ ਆ ਜਿੱਥੇ ਹਿੰਦੁਸਤਾਨੀ, ਸਿੱਖ, ਪੰਜਾਬੀ ਸਾਰੇ ਜਿਹੜੇ ਆ ਅਸੀਂ ਉਹ ਬਰਾਬਰਤਾ ਜਿਹੜੀ ਆ ਉਹ ਮਾਣ ਰਹੇ ਹੈਗੇ ਹਾਂ। ਦੇਖੋ ਇਹ ਬੜੀ ਜਿਹੜੀ ਆ ਮਦਭਾਗੀ ਘਟਨਾ ਜਿਹੜੀ ਪਾਕਿਸਤਾਨ ਦੇ ਵਿੱਚ ਹੋਈ, ਬਟ ਔਨ ਦੀ ਅਦਰ ਹੈਂਡ ਜਦੋਂ ਦੇਖਦੇ ਹੈਗੇ ਹਾਂ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਉਸ ਵੇਲੇ ਜਿਹੜਾ ਸੀਗਾ ਇਮਰਾਨ ਖਾਨ, ਉਹਨਾਂ ਨੇ ਇੱਕ ਪੋਜ਼ੀਟਿਵ ਸਟੈਪ ਵੀ ਲਿਆ ਸੀਗਾ, ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਸੀ ਉਹ ਖੋਲ੍ਹਿਆ, ਜਿਹੜਾ ਬਹੁਤ ਵੱਡੀ ਦੇਰ ਤੋਂ ਜਿਹੜੀ ਸੀਗੀ ਉਹ ਸਿੱਖ ਕੌਮ ਦੀ ਮੰਗ ਸੀਗੀ। ਜਦੋਂ ਇਹੋ ਜਿਹੀਆਂ ਘਟਨਾਵਾਂ, ਨੈਗੇਟਿਵ ਘਟਨਾਵਾਂ ਨੂੰ ਦੇਖਦੇ ਹਾਂ ਤਾਂ ਮੈਂ ਇਹ ਕਹਿੰਦਾ ਕਿ ਸਾਨੂੰ ਕੈਨੇਡਾ ਤੋਂ ਇੱਕ ਸਬਕ ਜਿਹੜਾ ਵਾ ਉਹ ਲੈਣਾ ਚਾਹੀਦਾ ਔਰ ਸਿੱਖਣਾ ਚਾਹੀਦਾ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਉਹੀ ਪਾਕਿਸਤਾਨ ਤੋਂ ਆਏ ਲੋਕ ਔਰ ਹਿੰਦੁਸਤਾਨ ਤੋਂ ਆਏ ਲੋਕ ਅਸੀਂ ਬੜੇ ਪਿਆਰ ਦੇ ਨਾਲ ਇੱਕ ਦੂਜੇ ਦੇ ਧਰਮਾਂ ਨੂੰ ਵੀ ਸੈਲੀਬ੍ਰੇਟ ਕਰਦੇ ਹਾਂ, ਇੱਕ ਦੂਜੇ ਦੇ ਕਲਚਰ ਨੂੰ ਵੀ ਸੈਲੀਬ੍ਰੇਟ ਕਰਦੇ ਹਾਂ ਔਰ ਇੱਕ ਦੂਜੇ ਨਾਲ ਭੈਣ ਭਰਾ ਵਾਂਗੂ ਰਹਿੰਦੇ ਹਾਂ। ਜੇ ਅਸੀਂ ਕੈਨੇਡਾ ਦੇਸ਼ ਦੇ ਵਿੱਚ ਭੈਣ ਭਰਾ ਵਾਂਗੂ ਰਹਿ ਸਕਦੇ ਹਾਂ ਤਾਂ ਇਹੀ ਮੈਨੂੰ ਪੂਰੀ ਆਸ ਆ ਕਿ ਆਉਣ ਵਾਲੇ ਸਮੇਂ 'ਚ ਰੱਬ ਕਰੇ ਕਿ ਅਸੀਂ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਹੈ ਇਹੋ ਜਿਹੀ ਸੁਸਾਇਟੀ ਜਿਹੜੀ ਆ ਉਹ ਸਿਰਜੀਏ ਜਿਹਦੇ ਵਿੱਚ ਕੋਈ ਵੀ ਮਨੋਰਟੀ ਜਿਹੜੀ ਆ ਉਹ ਕਿਸੇ ਵੀ ਮਨੋਰਟੀ ਨੂੰ ਐਸਾ ਖਤਰਾ ਜਿਹੜਾ ਉਹ ਨਾ ਹੋਵੇ, ਸਾਰੇ ਜਿਹੜੇ ਖੁਸ਼ੀ ਦੇ ਨਾਲ, ਪਿਆਰ ਦੇ ਨਾਲ, ਬਰਾਬਰਤਾ ਅਤੇ ਆਜ਼ਾਦੀ ਮਾਣ ਸਕਣ।